ਭਾਰਤ ਦੇ ਵਿੱਚ ਫੁੱਟਬਾਲ ਦੇ ਨਾਮ ਨਾਲ ਜਾਣੀ ਜਾਂਦੀ ਖੇਡ ਇੱਥੇ ਸੌਕਰ ਦੇ ਨਾਮ ਨਾਲ ਬਖੂਬੀ ਪਛਾਨੀ ਜਾਂਦੀ ਹੈ ਪਰ ਸਰੀ ਦਾ ਇੱਕ ਕਾਫੀ ਪੁਰਾਣਾ ਅਤੇ ਨਾਮੀ ਕਲੱਬ ਇਸ ਰੀਤ ਨੂੰ ਅੱਗੇ ਤੋਰ ਰਿਹਾ ਹੈ ਜੈਂਪੋ ਯੂਨਾਈਟਿਡ ਫੁੱਟਬਾਲ ਕਲੱਬ ਬੱਚਿਆਂ ਨੂੰ ਸੌਕਰ ਦੇ ਨਾਲ ਤਾਂ ਜੋੜ ਹੀ ਰਿਹਾ ਹੈ ਪਰ ਇਹਨਾਂ ਨੂੰ ਫਿੱਟ ਅਤੇ ਮਿਹਨਤੀ ਖਿਡਾਰੀ ਬਣਾਉਣ ਵਿੱਚ ਵੀ ਇਹ ਲੱਗਿਆ ਹੈ ਸਾਡਾ ਟੈਂਪਲ ਜੁਨਾਈਟਿਡ ਕਲੱਬ ਕੋਈ 1975 ਤੋਂ ਸਟਾਰਟ ਹੋਇਆ ਤੇ ਇਸ ਵੇਲੇ ਸਾਡੇ ਕੋਲ ਤਕਰੀਬਨ 100 ਟੀਮ ਆ age group char salto start or uh, sa club participate I just think it's getting a lot of kids out and prepared to like play soccer because when they're younger they don't really know and in, get into it, but if they do, then they really get um, locked into it and they really start to enjoy it and when they grow up they continue to play it. So it's kind of all just starting it for the kids. So that's kind of the biggest thing. I love especially when the kids are happy. They have the smiles on their face. It's kind of what I come here to do. ਇਹਨਾਂ ਦੇ ਕਈ ਖਿਡਾਰੀਆਂ ਨੇ ਅੱਗੇ ਚੱਲ ਕੇ ਆਪਣੇ ਵਾਸਤੇ ਇੱਕ ਕਾਫੀ ਵੱਡਾ ਮੋਕਾਮ ਹਾਸਲ ਕੀਤਾ ਹੈ। ਸਾਡੇ ਵੈਸੇ ਤਾਂ ਇੱਕ ਪਲੇਅਰ ਇੱਕ ਐਸ ਵੈਲ a white capers are which bhi ਗਿਆ ਆ ਸਾਡੇ ਪੈਗਸ ਕਲੱਬ ਜਿਹੜੀ ਵੈਂਟਰ ਦੀ ਆ ਉਹਦੇ ਵਿੱਚ ਸਾਡੇ ਕਲੱਬ ਚੋਂ ਕੋਸਪਲੇਅਰ ਹੈਗੇ ਆ ਕੁਝ ਹੋਰ ਕਮਿਊਨਿਟੀਆ ਚੋ ਹੈਗੇ ਆ ਜਿਹੜੇ ਕਿ ਜਿਨ੍ਹਾਂ ਨੇ BC ਚੈਂਪੀਅਨਸ਼ਿਪ ਦਿੱਤੀ ਆ ਔਰ ਅਸੀਂ ਅਕਤੂਬਰ ਨੂੰ ਨੈਸ਼ਨਲ ਖੇਲਣ ਜਾ ਰਹੇ ਆ ਨਿਊਟ੍ਰਨ ਲੈਂਡ ਚ ਅਕਤੂਬਰ 5 ਤੋਂ 10 ਤਾਈ ਉੱਥੇ ਸਾਡਾ ਨੈਸ਼ਨਲ ਹੋਗੀ ਸਭ ਤੋਂ ਅਚੀਵਮੈਂਟ ਜੇ ਮਿਲਦੀ ਸੀ ਹੋਣਾ ਸੀ ਖੇਡਣ ਲਈ ਨੈਸ਼ਨਲ ਖੇਡਣੀ ਜਿੱਦਾਂ BC represent ਕਰਨ ਲਈ ਨੈਸ਼ਨਲਸ ਗਏ ਸੀ ਆਪਾਂ ਕਿੱθεν ਤੇ ਕੰਮ ਲੂਪਸ ਚਾ ਨਾਲੇ ਜ ਸਾਡੇ 4-5 ਮੁੰਡੇ ਸੀ ਜਿਹੜੇ ਟੈਂਪੋ ਨਾਲ ਆਏ ਸੀ ਇੱਥੋਂ ਫਿਰ ਉਹ ਜਟਕੇ ਆਏ ਸੀ ਉਹ ਵੱਡੀ ਚੀਜ਼ ਵੀ ਨਾ ਸਾਡੀ ਆ ਮੁੱਤ ਕਬ ਵੀ ਵਨ ਅ ਫਿਊ ਟੂਰਨਾਮੈਂਟਸ ਆ ਨਾਉ ਵੇ ਆਨ ਦਾ ਵੂਮਨਸ ਟੀਮ ਐਂਡ ਸੋ ਫਾਰ ਵੀ ਆਰ ਡੂਇੰਗ ਵੈਲ ਵੀ ਹੈਵ ਅ ਟੂਰਨਾਮੈਂਟ ਥਿਸ ਵੀਕਐਂਡ ਸੋ ਹਾਪਫਲੀ ਵੀ ਕੈਨ ਡੂ ਰੀਲੀ ਵੈਲ ਇਹਨਾਂ ਦੇ ਕੋਚ ਇਸ ਕਲੱਬ ਵਿੱਚ ਸ਼ਾਮਿਲ ਹੋ ਕੇ ਫਖਰ ਮਹਿਸੂਸ ਕਰਦੇ ਹਨ ਅਤੇ ਸਭ ਨੇ ਆਪਣਾ ਕਲੱਬ ਪ੍ਰਤੀ ਪਿਆਰ ਜ਼ਾਹਿਰ ਕੀਤਾ Well, I've always been really close with um, a lot of the executives and stuff on the team. As I've grown up and through the soccer community, you make a lot of relationships with people. So with that, I've decided the temple. It's a really good club. They stand for such great things. They give back to the community, and like the program's really well prepared. So I thought it'd definitely be good to be a part of that. Tournament jo do team six saal tak, appa jidda hon, ਨਾਲੇ ਟੌਰ ਟੈਂਪੋਟ ਉਹ ਜਿਹਦਾ ਕੋਚ ਇੰਜ ਜੀ ਮੈਲੀਸੀ ਪਾਲ ਬਈ ਇਕੋ ਉਹ ਵੀ ਵਧੀਆ ਸੀ ਔਰ ਨਾਲ ਉਹ ਸਾਨੂੰ ਜਿੱਦਾ ਚਾਂਸ ਮਿਲਿਆ ਖੇਲਣ ਲਈ ਜਿੱਦਾ ਵਾਈਟ ਕੈਪਸ BC ਨਾਲ ਸਾਰਾ ਕੁਝ ਮਿਲਿਆ ਸਾਨੂੰ ਤੇ ਹਾਂ ਜੀ ਸਾਡੇ ਕਲੱਬ ਨੇ ਕਾਫੀ ਟੂਰਨਾਮੈਂਟ ਜਿਹੜੇ ਆਪਣੇ ਪੰਜਾਬੀ ਟੂਰਨਾਮੈਂਟ ਆ ਕਾਫੀ ਜਿੱਤੇ ਆ ਔਰ ਅਸੀਂ ਪ੍ਰੋਵੈਂਸ਼ਲ ਕੱਪ 2011 ਚ ਜਿੱਤੇ ਸੀ ਫੇਰ ਅਸੀਂ ਨੈਸ਼ਨਲ ਖੇਡਾਂ ਗਏ ਉੱਥੇ ਅਸੀਂ ਫਾਈਨਲ ਚ ਹਾਰੇ ਸਿਲਵਰ ਮੈਡਲ ਉੱਤੇ ਜਿੱਤਿਆ ਸੀ। ਇਹ ਕਾਫੀ ਹੌਨਹਾਰ ਕਲੱਬ ਹੋਣ ਦੇ ਨਾਲ-ਨਾਲ ਇਹ ਭਾਈਚਾਰੇ ਨੂੰ ਵੀ ਅੱਗੇ ਵਧਾ ਰਹੇ ਹਨ। ਆਪਣੀਆਂ ਕਾਮਯਾਬੀਆਂ ਨੂੰ ਇੱਕ ਪਾਸੇ ਰੱਖ ਕੇ ਇਹ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣਾ ਹੁਨਰ ਚਮਕਾਉਣਾ ਸਿਖਾ ਰਹੇ ਹਨ। ਜੈਂਪੋ ਯੂनाइटेड ਫੁੱਟਬਾਲ ਕਲੱਬ ਆਪਣੇ ਪਨ ਅਤੇ ਸਪੋਰਟਸਮੈਨਸ਼ਿਪ ਦੀ ਇੱਕ ਬਹੁਤ ਵਧੀਆ ਮਿਸਾਲ ਸਰੀ ਵਿੱਚ ਪੇਸ਼ ਕਰ ਰਿਹਾ ਹੈ। ਰਿਸ਼ਮਾ ਜੋਹਾ ਪੀਸੀ ਰਾਉਂਡਅਪ ZTV3